ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਦੇ ਬਾਰੇ ਅਸੀਂ ਜਦੋਂ ਬਿਆਨ ਕਰਨਾ ਤਾਂ ਇਸ ਤੁਕ ਤੋਂ ਵੱਡਾ ਕੁਛ ਵੀ ਨਹੀਂ ਹੈਗਾ। ਸੋ ਈਕੋ ਸਿੱਖ ਸੰਸਥਾ ਦੀ ਗੱਲ ਕਰੀਏ ਤਾਂ ਈਕੋ ਸਿੱਖ ਸੰਸਥਾ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਵਾਤਾਵਰਣ ਨੂੰ ਬਚਾਉਣ ਦੀਆਂ। ਸਾਡੇ ਗੁਰੂ ਸਾਹਿਬਾਨ ਕਿੰਨੇ ਸੌ ਸਾਲ ਪਹਿਲਾਂ ਜਿਹੜਾ ਸਾਨੂੰ ਸੁਨੇਹਾ ਦੇ ਕੇ ਗਏ ਸੀ ਕੁਦਰਤ ਨੂੰ ਬਚਾਉਣ ਦਾ, ਕਿਉਂਕਿ ਕੁਦਰਤ ਅਤੇ ਰੱਬ ਇਹਨਾਂ ਦੋਵਾਂ ਦੇ ਵਿੱਚ ਅਭੇਦਤਾ ਹੈਗੀ ਹੈ। ਸੋ ਉਹਨਾਂ ਸਿੱਖਿਆਵਾਂ 'ਤੇ ਚੱਲਦੇ ਹੋਏ ਅਸੀਂ ਵੀ ਨਿੱਜੀ ਤੌਰ 'ਤੇ ਕੁਛ ਨਾ ਕੁਛ ਕੋਸ਼ਿਸ਼ਾਂ ਜ਼ਰੂਰ ਕਰੀਏ। ਇਸੇ ਕੋਸ਼ਿਸ਼ ਦੇ ਤਹਿਤ ਸਿੱਖ ਵਾਤਾਵਰਣ ਦਿਵਸ ਮਨਾਉਣ ਦੇ ਲਈ 14 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਤੋਂ ਇੱਕ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਕਿ ਇੱਕ ਵਧੀਆ ਸੁਨੇਹਾ ਸੁਸਾਇਟੀ ਦੇ ਵਿੱਚ ਦਿੱਤਾ ਜਾ ਸਕੇ। ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਉਹ ਵਧੀਆ ਤਰੀਕੇ ਨਾਲ ਪ੍ਰੈਕਟੀਕਲ ਰੂਪ ਦੇ ਵਿੱਚ ਡਿਲੀਵਰ ਹੋ ਸਕਣ। ਸੋ ਸਾਈਕਲ ਰੈਲੀ ਦਾ ਜਿਹੜਾ ਉਦੇਸ਼ ਇਹੀ ਹੈ ਕਿ ਉਹਦੇ ਵਿੱਚ ਕੁਛ ਕੁਛ ਜਿਹੜੀਆਂ ਬੇਸਿਕ ਚੀਜ਼ਾਂ ਨੇ ਅਸੀਂ ਉਹਨਾਂ ਦੇ ਮੈਸੇਜ ਦੇਵਾਂਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਸਭ ਤੋਂ ਪਹਿਲਾਂ ਤਾਂ ਇਹੀ ਕਿ ਆਪਾਂ ਛੋਟੇ ਤੋਂ ਛੋਟੇ ਡਿਸਟੈਂਸ ਲਈ ਸਾਈਕਲ ਦਾ ਜਿਹੜਾ ਟਰੈਵਲ ਸਾਈਕਲ ਰਾਈਡ ਕਰੀਏ। ਅਗਰ ਔਫਿਸ ਸਾਡਾ ਘਰ ਤੋਂ ਬਹੁਤ ਨੇੜੇ ਆ ਤਾਂ ਅਸੀਂ ਔਫਿਸ ਵੀ ਸਾਈਕਲ 'ਤੇ ਜਾ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ। ਸਾਈਕਲ ਵੀ ਇੱਕ ਵਹੀਕਲ ਹੈ, ਪਰ ਉਹਦੇ ਨਾਲ ਦੋ ਫਾਇਦੇ ਹੋ ਸਕਦੇ ਨੇ। ਇੱਕ ਤਾਂ ਸਾਡੀ ਸਿਹਤ ਲਈ ਬਹੁਤ ਵਧੀਆ, ਔਰ ਦੂਸਰਾ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੋਵੇਗਾ। ਦੂਸਰੀ ਗੱਲ, ਪੰਛੀ ਵੀ ਅੱਜ ਘਟਦੇ ਜਾ ਰਹੇ ਨੇ, ਅਤੇ ਪੰਛੀਆਂ ਨੇ ਜਿੱਥੋਂ ਆਪਣਾ ਫੂਡ ਲੈਣਾ ਹੁੰਦਾ, ਖਾਣਾ ਖਾਣਾ ਹੁੰਦਾ, ਉਹ ਸਾਧਨ ਵੀ ਘਟਦੇ ਜਾ ਰਹੇ ਨੇ। ਰੀਜ਼ਨ ਸਿਰਫ ਅਤੇ ਸਿਰਫ ਇਨਸਾਨ ਹੈ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਜਿੱਥੇ ਖੁੱਲ੍ਹੀਆਂ ਥਾਵਾਂ ਨੇ, ਜਿੱਥੇ ਪੰਛੀ ਜਾਂਦੇ ਨੇ, ਉਹਨਾਂ ਦੇ ਘਰ ਨੇ, ਉੱਥੇ ਅਸੀਂ ਕੁਛ ਨਾ ਕੁਛ ਉਹਨਾਂ ਲਈ ਚੋਗਾ ਜ਼ਰੂਰ ਪਾਈਏ, ਪਾਣੀ ਰੱਖੀਏ। ਇਹ ਸਾਡੀ ਐਜ਼ ਏ ਇਨਸਾਨ ਹੋਣਾ ਇੱਕ ਡਿਊਟੀ ਹੈ। ਔਰ ਤੀਸਰੀ ਗੱਲ ਹੈ ਜਿਹੜੀ, ਉਹ ਉਸ ਦਿਨ 14 ਮਾਰਚ ਦਿਨ ਅਸੀਂ ਕਹਾਂਗੇ ਫਸਟ ਏਡ ਜਿਹੜੇ ਬਾਕਸ ਨੇ, ਜਿਨ੍ਹਾਂ ਦੇ ਵਿੱਚ ਬੇਸਿਕ ਦਵਾਈਆਂ ਹੁੰਦੀਆਂ ਨੇ, ਕੁਛ ਮਰਮ ਪੱਟੀ ਦਾ ਸਮਾਨ ਹੁੰਦਾ ਹੈ। ਰੱਬ ਨਾ ਕਰੇ ਰਸਤੇ ਦੇ ਵਿੱਚ ਕਿਤੇ ਵੀ ਅਸੀਂ ਜਾਈਏ ਤਾਂ ਕਿਸੇ ਨਾਲ ਕੋਈ ਦੁਰਘਟਨਾ ਵਾਪਰ ਜੇ, ਛੋਟੀ ਮੋਟੀ ਚੋਟ ਆ ਜਾਵੇ ਤਾਂ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਅਸੀਂ ਸੁਨੇਹੇ ਦੇਵਾਂਗੇ। ਇਸ ਦੇ ਨਾਲ ਨਾਲ ਔਰਗੈਨਿਕ ਲੰਗਰ ਗੁਰਪੁਰਬ ਨੇ, ਉਹ ਵੀ ਅਸੀਂ ਔਰਗੈਨਿਕ ਮਨਾਈਏ, ਗੰਦ ਨਾ ਪਾਈਏ, ਖੁਸ਼ੀਆਂ ਜ਼ਰੂਰ ਮਨਾਈਏ ਪਰ ਵਾਤਾਵਰਣ ਦਾ ਬਹੁਤ ਧਿਆਨ ਰੱਖੀਏ। ਸੋ ਦਾ ਖਾਲਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ, ਪਰ ਈਕੋ ਸਿੱਖ ਸੰਸਥਾ ਦੇ ਸਹਿਯੋਗ ਦੇ ਨਾਲ। ਸੋ ਯੂਨੈਸਕੋ ਅੱਜ ਸਾਨੂੰ ਮਤਲਬ ਮੈਸੇਜ ਦੇ ਰਹੀ ਹੈ ਕਿ ਅਸੀਂ ਕੁਦਰਤ ਨੂੰ ਬਚਾਉਣਾ ਹੈ, ਔਰ ਗੁਰੂ ਸਾਹਿਬਾਨ ਸਾਨੂੰ 100 ਸਾਲ ਪਹਿਲਾਂ, ਕਈ ਸੌ ਸਾਲ ਪਹਿਲਾਂ ਕਹਿ ਗਏ ਸੀ। ਸੋ ਇੱਕ ਚੰਗਾ ਮੈਸੇਜ ਹੈ, ਅਸੀਂ ਵੀ ਆਪਣੇ ਪੱਧਰ 'ਤੇ ਹਰ ਕੋਈ ਕੁਛ ਨਾ ਕੁਛ ਜ਼ਰੂਰ ਕਰੀਏ। ਔਰ ਇੱਕ ਅਹਿਮ ਗੱਲ ਜੋ ਰਹਿ ਗਈ ਸੀ ਕਹਿਣ ਵਾਲੀ ਕਿ ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਰੁੱਖ ਜਾਂ ਕੋਈ ਵੀ ਬੂਟਾ ਫਲਾਂ ਦਾ ਫੁੱਲਾਂ ਦਾ ਉਹ ਜ਼ਰੂਰ ਲਗਾਈਏ। ਮੈਂ ਵੀ ਆਪਣੇ ਜਨਮ ਦਿਨ 'ਤੇ ਇਸ ਵਾਰ ਇੱਕ ਫੁੱਲਾਂ ਦਾ ਬੂਟਾ ਲਾਇਆ, ਮੇਰੇ ਭਰਾ ਨੇ ਮੈਨੂੰ ਗਿਫਟ ਕੀਤਾ ਸੀ। ਸੋ ਉਹਨੂੰ ਹੁਣ ਇਹ ਨਹੀਂ ਕਿ ਲਾ ਕੇ ਛੱਡ ਦੀਏ, ਉਹਨੂੰ ਪਾਲੀਏ, ਪਲਦਾ ਵੇਖੀਏ, ਫਿਰ ਕਿੰਨੀ ਸੈਟਿਸਫੈਕਸ਼ਨ ਮਿਲਦੀ ਹੈ ਉਹ ਅਸੀਂ ਖੁਦ ਹੀ ਅਨੁਭਵ ਕਰ ਸਕਦੇ ਹਾਂ। ਸੋ ਇੰਨੇ ਕੁ ਸੁਨੇਹੇ ਨੇ, ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੁੱਖ ਅਸੀਂ ਜ਼ਰੂਰ ਲਗਾਈ, ਇਹੀ ਬਹੁਤ ਵੱਡੀ ਜਿਹੜੀ ਸਾਡੀ ਕੰਟਰੀਬਿਊਸ਼ਨ ਹੋਏਗੀ ਕੁਦਰਤ ਨੂੰ ਬਚਾਉਣ ਦੇ ਲਈ।